ਸਾਤਰੀਆ ਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸ ਟੀਵੀ ਮੈਂ ਬਰਨ ਕੌਨਮਾਨ ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਰੀਮੈਕਸ ਦੇ ਰੀਅਲਟਰ ਗੁਰਜਤੇਂਦਰ ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਚੁਣਵੀਆਂ ਖਬਰਾਂ 21 ਲੱਖ ਵਿਦੇਸ਼ੀਆਂ ਨੂੰ ਕੈਨੇਡਾ ਦੇ ਵੀਜ਼ਾ ਤੇ ਪੱਕੀ ਇਮੀਗ੍ਰੇਸ਼ਨ ਦੀ ਉਡੀਕ ਪੰਜਾਬੀਆਂ ਲਈ ਖੁਸ਼ਖਬਰੀ ਅੰਮ੍ਰਿਤਸਰ ਤੋਂ ਲੰਡਨ ਜਾਣਗੀਆਂ ਸਿੱਧੀਆਂ ਉਡਾਣਾ 네ਪਾਲ ਜਹਾਜ਼ ਹਾਦਸਾ ਸਪੌਟ ਤੋਂ ਕੋਈ ਜ਼ਿੰਦਾ ਨਹੀਂ ਮਿਲਿਆ 네ਪਾਲ ਫੌਜ ਨੇ ਜਾਰੀ ਕੀਤਾ ਬਿਆਨ ਜਾਨ ਗਵਾਉਣ ਵਾਲਿਆਂ ਦੇ ਵਿੱਚ ਪੰਜ ਭਾਰਤੀ ਵੀ ਸ਼ਾਮਲ ਕੈਨੇਡਾ ਅਮਰੀਕਾ ਦੀ ਸਰਹੱਦ ਤੇ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਤੇ ਮਾਮਲੇ ਦੇ ਵਿੱਚ ਦੋ ਏਜੰਟ ਗ੍ਰਫਤਾਰ ਵੌਇਡਨ ਦੇ ਰਿਹਾਈਸ਼ ਤੇ ਮਿਲੇ ਹੋਰ ਗੁਪਤ ਦਸਤਾਵੇਜ਼ ਵਾਈਟ ਹਾਊਸ ਦਾ ਬਿਆਨ ਪਾਰੀ ਬਾਰਿਸ਼ ਤੇ ਬਰਫਬਾਰੀ ਕਾਰਨ ਕੈਲੀਫੋਰਨੀਆ ਦੇ ਵਿੱਚ 19 ਮੌਤਾਂ 23000 ਘਰਾਂ ਦੀ ਬਿਜਲੀ ਗੁੱਲ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ ਦੇ ਵਿੱਚ ਮੌਤ ਲੋੜੀ ਮੌਕੇ ਸਜੀ ਗੀਤਕਾਰ ਮੰਗਲ ਹਠੂਰ ਦੀ ਸ਼ਾਨਦਾਰ ਮਹਿਫਿਲ ਅਮਰੀਕਾ ਦੇ ਵਿੱਚ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਤੋਂ ਪ੍ਰਾਪਤ ਹੋਈ ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਸਮੇਂ 521000 ਦੇ ਕਰੀਬ ਵਿਦੇਸ਼ੀ ਲੋਕਾਂ ਦੀਆਂ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਵਿਚਾਰ ਅਧੀਨ ਨੇ ਜਿਸ ਵਿੱਚ ਬੀਤੇ ਮਹੀਨੇ ਦੌਰਾਨ 9000 ਅਰਜ਼ੀਆਂ ਦਾ ਵਾਅਦਾ ਹੋਇਆ ਹੈ ਕੈਨੇਡਾਸ ਪਹੁੰਚ ਕੇ ਪੱਕੇ ਵਾਸੀ ਬਣ ਚੁੱਕੇ ਲਗਭਗ 3 ਲੱਖ ਲੋਕ ਉੱਥੋਂ ਦੀ ਨਾਗਰਿਕਤਾ ਅਪਲਾਈ ਕਰਕੇ ਆਪਣੀਆਂ ਅਰਜ਼ੀਆਂ ਦਾ ਨਿਪਟਾਰਾ ਹੋਣ ਦੀ ਉਡੀਕ ਵਿੱਚ ਨੇ ਬੀਤੇ ਨਵੰਬਰ ਅਤੇ ਦਸੰਬਰ ਦੇ ਦੌਰਾਨ 10000 ਦੇ ਕਰੀਬ ਲੋਕਾਂ ਦੀਆਂ ਨਾਗਰਿਕਤਾ ਅਰਜ਼ੀਆਂ ਦਾ ਫੈਸਲਾ ਕੀਤਾ ਜਾ ਚੁੱਕਾ ਹੈ ਇੱਕ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਕੋਲ ਪੱਕੀ ਇਮੀਗ੍ਰੇਸ਼ਨ ਸਟੱਡੀ ਤੇ ਵਰਕ ਪਰਮਿਟ ਸਲਾਨੀ ਤੇ ਸੁਪਰ ਵੀਜ਼ਾ ਆਦ ਦੀਆਂ 21 ਲੱਖ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਨੇ ਜਿਨ੍ਹਾਂ ਦਾ ਫੈਸਲਾ ਅਗਲੇ ਮਹੀਨੇ ਦੇ ਦੌਰਾਨ ਕੀਤਾ ਜਾਣਾ ਹੈ ਇਹ ਵੀ ਪਤਾ ਲੱਗਾ ਕਿ ਕੈਨੇਡਾ ਵਾਸਤੇ ਅਧਿਕਾਰੀਆਂ ਨੂੰ ਵਿਦੇਸ਼ਾਂ ਤੋਂ ਸਭ ਤੋਂ ਵੱਧ ਗਿਣਤੀ ਦੇ ਵਿੱਚ ਅਰਜ਼ੀਆਂ ਆਰਜ਼ੀ ਵੀਜ਼ਾ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਦੀਆਂ ਪ੍ਰਾਪਤ ਹੁੰਦੀਆਂ ਨੇ ਅਤੇ ਇਸ ਵਰਗ ਦੇ ਵਿੱਚ ਹਾਲ ਦੀ ਘੜੀ 13290000 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ ਬੀਤੇ ਸਾਲ ਜੁਲਾਈ ਦੇ ਵਿੱਚ ਅਰਜ਼ੀਆਂ ਦਾ ਅੰਬਾਰ ਲਗਭਗ 27 ਲੱਖ ਹੋ ਗਿਆ ਸੀ ਜਿਸ ਤੋਂ ਬੀਤੇ ਕੁਝ ਮਹੀਨਿਆਂ ਦੇ ਦੌਰਾਨ ਤਕਰੀਬਨ 5 ਲੱਖ ਅਰਜ਼ੀਆਂ ਦਾ ਫੈਸਲਾ ਕੀਤਾ ਗਿਆ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਕਿਹਾ ਕਿ ਨਵਾਂ ਸਟਾਫ ਭਰਤੀਕਰਨ ਅਤੇ ਅਰਜ਼ੀਆਂ ਭਰਨ ਦਾ ਸਿਸਟਮ ਆਨਲਾਈਨ ਕਰਨ ਤੋਂ ਬਾਅਦ ਨਿਪਟਾਰਾ ਕਰਨ 'ਚ ਤੇਜ਼ੀ ਆਈ ਹੈ ਅੰਮ੍ਰਿਤਸਰ ਤੋਂ ਲੰਡਨ ਦੇ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਇਹ ਜਾਣਕਾਰੀ ਪੰਜਾਬ ਦੇ ਸੰਸਦ ਮੈਂਬਰ ਰਾਗਵ ਚੰਡਾ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ 에어 ਇੰਡੀਆ 26 ਮਾਰਚ ਤੋਂ ਅੰਮ੍ਰਿਤਸਰ ਲੰਡਨ ਅਤੇ ਇੱਕ ਬਰਮਿੰਗਮ ਦੇ ਲਈ ਸਿੱਧੀਆਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰਨ ਜਾ ਰਹੀ ਹੈ ਐਮਪੀ ਰਾਗਵ ਚੱਡਾ ਨੇ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਹੀ ਕਿਹਾ ਕਿ ਮੈਂ ਸਦਨ ਦੇ ਵਿੱਚ ਪੰਜਾਬ ਦੇ ਮੁੱਦੇ ਲਗਾਤਾਰ ਚੁਕਤਾ ਰਹਾਂਗਾ ਤੇ ਅੱਗੇ ਵੀ ਸੰਪਰਕ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ ਕੈਨੇਡਾ ਅਮਰੀਕਾ ਜਾਂ ਨਿਊਜ਼ੀਲੈਂਡ ਹੋਵੇ ਪਰ ਪੰਜਾਬ ਦੀ ਦੂਸਰੇ ਦੇਸ਼ਾਂ ਦੇ ਨਾਲ ਕਨੈਕਟੀਵਿਟੀ ਬਹੁਤ ਖਰਾਬ ਹੈ ਪੰਜਾਬ ਵਿੱਚ ਦੋ ਕਮਾਂਤਰੀ ਹਵਾਈ ਅੱਡੇ ਨੇ ਇੱਕ ਮਹਾਲੀ ਤੇ ਦੂਜਾ ਅੰਮ੍ਰਿਤਸਰ ਤੇ ਇਹ ਦੋਵੇਂ ਸਿਰਫ ਨਾਂ ਦੇ ਹੀ ਹਵਾਈ ਅੱਡੇ ਨੇ ਉਹਨਾਂ ਨੇ ਕਹਿ ਕੇ ਇੱਥੇ ਕਮਾਂਤਰੀ 에ਅਰਲਾਈਨਜ਼ ਨਾਂ ਦੇ ਬਰਾਬਰ ਹੁੰਦੀਆਂ ਨੇ ਇਸ ਦੇ ਲਈ ਉਹਨਾਂ ਨੇ ਪੰਜਾਬ ਤੋਂ ਲੰਡਨ ਦੇ ਲਈ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ ਇਸ ਦੇ ਮੱਦੇਨਜ਼ਰ 에ਅਰ ਇੰਡੀਆ ਵੱਲੋਂ ਹੁਣ ਅੰਮ੍ਰਿਤਸਰ ਤੋਂ ਲੰਡਨ ਦੇ ਲਈ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ 에ਅਰ ਇੰਡੀਆ ਵੱਲੋਂ ਇਹ ਫਲਾਈਟ ਹਫ਼ਤੇ ਦੇ ਵਿੱਚ 3 ਦਿਨ ਦੇ ਲਈ ਹੋਏਗੀ ਸਿੱਧੀ ਫਲਾਈਟ ਸ਼ੁਰੂ ਹੋਣ ਦੇ ਨਾਲ ਸਤਲਾਨੀਆਂ ਨੂੰ ਕਾਫੀ ਫਾਇਦਾ ਹੋਏਗਾ ਨੇਪਾਲ ਦੇ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਇਸ ਜਹਾਜ਼ ਦੇ ਹਾਦਸੇ ਦੇ ਸ਼ਿਕਾਰ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਨਹੀਂ ਕੱਢਿਆ ਜਾ ਸਕਿਆ ਇਹ ਗੱਲ ਨੇਪਾਲ ਫੌਜ ਦੇ ਬੁਲਾਰੇ ਕ੍ਰਿਸ਼ਨ ਪ੍ਰਸਾਦ ਪੰਡਾਰੀ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਜਹਾਜ਼ ਹਾਦਸੇ ਦੇ ਵਿੱਚ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਇੱਕ ਵਾਰ ਫਿਰ ਤਲਾਸ਼ੀ ਮਿਹਨ ਸ਼ੁਰੂ ਕੀਤੀ ਜਾਏਗੀ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦੇਹਲ ਨੇ ਐਤਵਾਰ ਨੂੰ ਪੋਖਰਾ ਦੇ ਵਿੱਚ ਵਾਪਰੇ ਜਹਾਜ਼ ਹਾਦਸੇ ਤੋਂ ਬਾਅਦ ਮੰਤਰੀ ਮੰਡਲ ਦੀ ਐਮਰਜੈਂਸੀ ਬੈਠਕ ਬੁਲਾਈ ਇਸ ਦੇ ਨਾਲ ਹੀ ਨੇਪਾਲ ਦੇ ਗ੍ਰਹਿ ਮੰਤਰਾਲਾ ਸੁਰੱਖਿਆ ਕਰਮਚਾਰੀ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ 2 ਇੰਜਣ ਵਾਲਾ ATR 72 ਜਹਾਜ਼ ਨੇਪਾਲ ਦੀ ਰਾਜਧਾਨੀ ਕਾਠਵੰਡੂ ਤੋਂ ਪੋਖਰਾ ਜਾਂਦੇ ਸਮੇਂ ਹਾਦਸਾ ਗ੍ਰਸਤ ਹੋ ਗਿਆ ਸੀ ਜਹਾਜ਼ ਹਾਦਸੇ ਦੇ ਵਿੱਚ ਹੁਣ ਤੱਕ 68 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀ ਨੇ ਜਦਕਿ ਚਾਰ ਲੋਕ ਅਜੇ ਵੀ ਲਾਪਤਾ ਸਨ ਜਦੋਂ ਤੱਕ ਇਹ ਖਬਰ ਲਿਖੀ ਗਈ ਸੀ ਮਾਰੇ ਗਏ ਲੋਕਾਂ ਦੇ ਵਿੱਚ ਪੰਜ ਭਾਰਤੀ ਸ਼ਾਮਲ ਨੇ ਜਹਾਜ਼ ਹਾਦਸੇ ਦੀ ਰਿਪੋਰਟ 45 ਦਿਨਾਂ ਵਿੱਚ ਆਉਣ ਦੀ ਉਮੀਦ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਦੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪ੍ਰਾਰਥਨਾ ਕੀਤੀ ਇਸ ਜਹਾਜ਼ ਹਾਦਸੇ ਵਿੱਚ ਮਰਨ ਵਾਲੇ ਪੰਜ ਭਾਰਤੀਆਂ ਵਿੱਚੋਂ ਚਾਰ ਉੱਤਰ ਪ੍ਰਦੇਸ਼ ਅਤੇ ਇੱਕ ਬਿਹਾਰ ਦਾ ਰਹਿਣ ਵਾਲਾ ਸੀ ਜੀਟੀ 에어ਲਾਈਨਸ ਦੇ ਜਹਾਜ਼ ਵਿੱਚ 72 ਲੋਕ ਸਵਾਰ ਸਨ ਦੋ ਇੰਜਣਾਂ ਵਾਲਾ ਟਰਬੋਪ੍ਰੋਪ ਏਟੀਆਰ 72 ਜਹਾਜ਼ ਲੈਂਡਿੰਗ ਤੋਂ ਥੋੜੀ ਦੇਰ ਪਹਿਲਾਂ ਹਾਦਸਾ ਗ੍ਰਸਤ ਹੋਇਆ ਇਸ ਵਿਚਾਲੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦਾਵਾ ਕੀਤਾ ਜਾ ਰਿਹਾ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੇ ਵਿੱਚ ਸਵਾਰ ਭਾਰਤੀ ਨੌਜਵਾਨਾਂ ਵਿੱਚੋਂ ਇੱਕ ਘਟਨਾ ਤੋਂ ਠੀਕ ਪਹਿਲਾਂ ਫੇਸਬੁੱਕ ਤੇ ਲਾਈਵ ਹੋ ਗਿਆ ਜਿਸ ਕਾਰਨ ਜਹਾਜ਼ ਦਾ ਹਾਦਸਾ ਕੈਮਰੇ ਵਿੱਚ ਕੈਦ ਹੋ ਗਿਆ ਦੱਸਦੀ ਕਿ ਨੇਪਾਲ ਦੀ ਫੌਜ ਜਹਾਜ਼ ਹਾਦਸੇ ਦੇ ਬਾਅਦ 50 ਕਾਰਜਾਂ ਵਿੱਚ ਲੱਗੀ ਹੋਈ ਹੈ ਇਸ ਹਾਦਸੇ ਦੇ ਵਿੱਚ 68 ਲੋਕਾਂ ਦੀ ਮੌਤ ਹੋਈ ਹੈ ਪੰਜ ਭਾਰਤੀ ਸ਼ਾਮਲ ਨੇ ਨੇਪਾਲ ਆਰਮੀ ਕਹਿ ਰਹੀ ਹੈ ਕਿ ਉਸ ਨੂੰ ਸਪੌਟ ਤੋਂ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਕੈਨੇਡਾ ਅਮਰੀਕਾ ਸਰਹੱਦ ਤੇ ਇੱਕ ਗੁਜਰਾਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਅਹਮਦਾਬਾਦ ਅਪਰਾਧ ਸ਼ਾਖਾ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਭੇਜਣ ਦੇ ਦੋਸ਼ੀ ਦੋ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗੁਜਰਾਤ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਲਗਭਗ 1 ਸਾਲ ਪਹਿਲਾਂ ਕੈਨੇਡਾ ਅਮਰੀਕਾ ਸਰਹੱਦ ਦੇ ਕੋਲ ਅਮਰੀਕਾ ਚ ਗੈਰ ਕਾਨੂੰਨੀ ਰੂਪ ਦੇ ਨਾਲ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਦੇ ਦੌਰਾਨ ਬੇਹਦ ਠੰਡ ਕਾਰਨ ਮੌਤ ਹੋ ਗਈ ਸੀ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੰદાવાદ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਗਾਂਧੀ ਨਗਰ ਦੇ ਕੋਲ ਅਤੇ ਅੰદાવાદ ਤੋਂ 2 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ 2 ਹੋਰ ਲੋਕ ਗੁਜਰਾਤ ਦੇ 11 ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਦਾ ਤੋਂ ਅਮਰੀਕਾ ਪੇ ਜਣਦੇ ਮਾਮਲੇ 'ਚ ਲੜਿੰਦੇ ਐਲਾਨੇ ਨੇ। ਕਲੋਲ ਤਾਲੂਕਾ ਦੇ ਡਿੰਗੂਚਾ ਪਿੰਡ ਦੇ ਰਹਿਣ ਵਾਲੇ ਜਗਦੀਸ਼ ਪਟੇਲ ਉਹਨਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਨਵਰੀ 2022 'ਚ ਅਮਰੀਕਾ ਕਨੇਡਾ ਸਰਹੱਦ 'ਤੇ ਜ਼ਿਆਦਾ ਠੰਡ ਕਾਰਨ ਮੌਤ ਹੋ ਗਈ ਸੀ। ਪੁਲਿਸ ਡਿਪਟੀ ਕਮਿਸ਼ਨਰ ਚੈਤਨਿਆ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਵਿਅਕਤੀਆਂ ਨੇ ਗੁਜਰਾਤ ਤੋਂ 11 ਵਿਅਕਤੀਆਂ ਨੂੰ ਗੈਰ ਕਾਨੂੰਨੀ ਰੂਪ ਦੇ ਨਾਲ ਕੁਮਾਂਤਰੀ ਸਰਹੱਦ ਪਾਰ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਭੂਮਿਕਾ ਨਿਭਾਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਦੇ ਡੈਲਵਿਅਰ ਨਿਵਾਸ ਤੋਂ ਗੁਪਤ ਦਸਤਾਵੇਜ਼ ਦੇ ਪੰਜ ਬਾਧੂ ਪੰਨੇ ਮਿਲੇ ਨੇ ਵਾਈਟ ਹਾਊਸ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਈਡਨ ਦੀ ਰਿਹਾਈਸ਼ ਤੋਂ ਹੁਣ ਤੱਕ ਕਰੀਬ 24 ਗੁਪਤ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਦਸਤਾਵੇਜ਼ ਅਜਿਹੇ ਸਮੇਂ ਮਿਲ ਜਾਂਦੇ ਨੇ ਜਦੋਂ ਕੁਝ ਘੰਟੇ ਪਹਿਲਾਂ ਵਾਈਟ ਹਾਊਸ ਦੇ ਵਕੀਲ ਦੇ ਦਫ਼ਤਰ ਨੇ ਬਿਆਨ ਜਾਰੀ ਕਰਕੇ ਵਾਈਡਨ ਦੀ ਰਿਹਾਈਸ਼ ਤੋਂ ਇੱਕ ਕਲਾਸੀਫਾਈਡ ਦਸਤਾਵੇਜ਼ ਦੀ ਬਰਾਮਦਗੀ ਦੀ ਜਾਣਕਾਰੀ ਦਿੱਤੀ ਸੀ ਅਤੇ ਅਟਾਰਨੀ ਜਰਨਲ ਮਾਰਕ ਗੋਰਲੈਂਡ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਸਾਬਕਾ ਅਮਰੀਕੀ ਨਰੀ ਰੋਬਰਟ ਥੂਰ ਨੂੰ ਵਿਸ਼ੇਸ਼ ਵਕੀਲ ਨਿਯੁਕਤ ਕੀਤਾ ਸੀ ਇਸ ਦੇ ਨਾਲ ਹੀ ਵਾਈਡਨ ਨੇ ਡੈਲਾਵੇਅਰ ਨਿਵਾਸ ਅਤੇ ਵਾਸ਼ਿੰਗਟਨ ਡੀਸੀ ਸਥਤੂਨਾ ਦੇ ਨਿੱਜੀ ਦਫ਼ਤਰ ਤੋਂ ਬ੍ਰਾਹਮਿਤ ਕੀਤੇ ਗਏ ਦਸਤਾਵੇਜ਼ਾਂ ਦੀ ਕੁੱਲ ਗਿਣਤੀ ਹੁਣ 24 ਹੋ ਗਈ ਹੈ ਹਾਲਾਂਕਿ ਇਹਨਾਂ ਦਸਤਾਵੇਜ਼ਾਂ ਦੇ ਮੇਰ ਵੀ ਅਜੇ ਪਤਾ ਨਹੀਂ ਹਨ ਔਰ ਇਸ ਸਮੇਂ ਜਦੋਂ ਵਾਈਡਨ 2009 ਤੋਂ 2016 ਤੱਕ ਬ੍ਰਾਂਕਵਾਮਾ ਪ੍ਰਸ਼ਾਸਨ ਵਿੱਚ ਉਪ ਰਾਸ਼ਟਰਪਤੀ ਸਨ ਵਾਈਡਨ ਆਮ ਤੌਰ ਤੇ ਡਾਲਾ ਵਿਅਰ ਦੇ ਵਿੱਚ ਆਪਣੀ ਵਲਮਿੰਗਟਨ ਰਿਹਾਇਸ਼ ਤੇ ਆਪਣਾ ਸ਼ਨੀਵਾਰ ਬਤਾਉਂਦੇ ਨੇ ਅਤੇ ਸ਼ੁੱਕਰਵਾਰ ਸ਼ਾਮ ਨੂੰ ਉੱਥੇ ਪਹੁੰਚਦੇ ਨੇ ਵਾਈਟ ਹਾਊਸ ਦੇ ਵਿਸ਼ੇਸ਼ ਵਕੀਲ ਰੀਚਰਡ ਸਾਬਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਚੁੱਕਿਆ ਕਿ ਬੁੱਧਵਾਰ ਰਾਤ ਨੂੰ ਵਾਈਡਨ ਦੇ ਗੈਰੇਜ ਦੇ ਨਾਲ ਲੱਗਦੇ ਇੱਕ ਕਮਰੇ ਚੋਂ ਇੱਕ ਕਲਾਸੀਫਾਈਡ ਦਸਤਾਵੇਜ਼ ਮਿਲਿਆ ਸਾਬਰ ਨੇ ਕਿਹਾ ਕਿ ਵਾਈਡਨ ਦੇ ਨਿੱਜੀ ਵਕੀਲਾਂ ਨੇ ਸੁਰੱਖਿਆ ਆਗਿਆ ਨਾ ਹੋਣ ਕਾਰਨ ਬੁੱਧਵਾਰ ਸ਼ਾਮ ਨੂੰ ਇੱਕ ਪੰਨਾ ਮਿਲਣ ਤੋਂ ਬਾਅਦ ਅੱਗੇ ਦੀ ਤਲਾਸ਼ੀ ਰੁਕਵਾ ਦਿੱਤੀ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ بارش, ਬਰਫਵਾਰੀ ਅਤੇ ਤੇਜ਼ ਹਵਾਵਾਂ ਨੇ ਤਬਾਹੀ ਮਚਾ ਦਿੱਤੀ। ਕੈਲੀਫੋਰਨੀਆ ਦੇ ਲਈ ਭਾਰੀ ਮੀਂਹ ਅਤੇ ਭਾਰੀ ਬਰਫਵਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਸੂਬੇ ਦੇ ਵਿੱਚ بارش ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। 26 ਦਸੰਬਰ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਦੀ ਲਗਾਤਾਰ بارش ਨੇ ਕੈਲੀਫੋਰਨੀਆ ਦੇ ਵਿੱਚ ਤਬਾਹੀ ਮਚਾਈ ਹੈ, ਸ਼ਾਇਦ ਹੀ ਕਦੇ ਸੂਬੇ 'ਚ ਅਜਿਹੀ ਤਬਾਹੀ ਦੇਖਣ ਨੂੰ ਮਿਲੀ ਹੋਵੇ। ਇਸ ਕਾਰਨ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਤੱਕ ਲਗਭਗ 23000 ਘਰ ਬਿਜਲੀ ਤੋਂ ਬਿਨਾ ਨੇ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ ਵਿੱਚ ਮੌਤ ਹੋਣ ਦਾ ਪਤਾ ਲੱਗਾ ਅਮੀਰੀ ਕਬੱਡੀ ਦਾ ਚੰਗਾ ਖਿਡਾਰੀ ਸੀ ਅਤੇ ਉਹ ਖੇਡ ਦੇ ਤੌਰ ਤੇ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਸੀ ਅੱਜ ਜਿਉ ਇਸ ਕਬੱਡੀ ਖਿਡਾਰੀ ਦੀ ਦੁਖਦਾਈ ਮੌਤ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤੇ ਪਿੰਡ ਦੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਫਿਲਹਾਲ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅੱਜਕੱਲ੍ਹ ਗੀਤਕਾਰ ਮੰਗਲ ਹਠੂਰ ਆਪਣੀ ਕੈਨੇਡਾ ਅਮਰੀਕਾ ਦੀ ਫੇਰੀ ਤੇ ਨੇ ਇਸੇ ਕੜੀ ਤਹਿਤ ਉਹਨਾਂ ਦੇ ਚੌੜ ਵਾਲੇ ਉਹਨਾਂ ਦੀਆਂ ਮਹਿਫਲਾਂ ਆਪੋ ਆਪਣੇ ਤਰੀਕੇ ਦੇ ਨਾਲ ਕਰਵਾ ਕੇ ਉਹਨਾਂ ਦੀ ਸ਼ਾਇਰੀ ਦਾ ਆਨੰਦ ਮਾਣ ਰਹੇ ਨੇ ਇਸੇ ਤਰ੍ਹਾਂ ਦੀ ਮਹਿਫਲ ਫ੍ਰਿਜਨੋ ਵਿਖੇ ਸਜਾਈ ਗਈ ਫ੍ਰਿਜਨੋ ਨਿਵਾਸੀ ਕਾਰੋਬਾਰੀ ਦਵਿੰਦਰ ਢਿੱਲੋਂ ਦੇ ਘਰ ਪ੍ਰਮਾਤਮਾ ਦੇ ਪੁੱਤਰ ਦੀ ਦਾਤਬਖਸ਼ੀ ਇਸੇ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਸ਼ਨੀਵਾਰ ਰਾਤੀ ਗੀਤਕਾਰ ਮੰਗਲ ਹਠੂਰ ਦੀ ਲੋੜੀ ਨੂੰ ਸਮਰਪਿਤ ਮਹਿਫਲ ਢਿੱਲੋ ਫਾਰਮ ਫ੍ਰਿਜ ਨੂੰ ਵਿਖੇ ਰੱਖੀ ਗਈ। ਬਿਜ਼ਨਸਮੈਨ ਸਰਦਾਰ ਹਾਕਮ ਸਿੰਘ ਢਿੱਲੋ ਦੇ ਭਤੀਜੇ ਦਵਿੰਦਰ ਢਿੱਲੋ ਅਤੇ ਕੁਲਵਿੰਦਰ ਢਿੱਲੋ ਅਤੇ ਉਹਨਾਂ ਦੇ بیٹے ਨਿਕ ਢਿੱਲੋਂ ਦੇ ਉਦਮ ਸਦਕਾ ਇਹ ਮਹਿਫਲ ਬੇਹਦ ਯਾਦਗਾਰ ਰਹੀ। ਗਾਇਕ ਪੱਪੀ ਪਦੌੜ ਬਹਾਦਰ, ਸਿੱਧੂ ਅਨਮੋਲ, ਵਰਤ ਕਮਲਜੀਤ ਬੈਣੀਪਾਲ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ। ਸੁਰਜੀਤ ਜੰਡੂ ਬਾਈ ਨੇ ਵੀ ਤੋ ਹਿਰਦ ਸ਼ਬਦਾਂ ਦੇ ਨਾਲ ਬਾਈ ਮੰਗਲ ਨੂੰ ਜੀ ਆਇਆਂ ਕਿਹਾ ਅਖੀਰ ਬਾਈ ਮੰਗਲ ਹਠੂਰ ਨੇ ਆਪਣੇ 90 ਪੁਰਾਣੇ ਗੀਤਾਂ ਦੀ ਐਸੀ ਸ਼ੈਬਰ ਲਾਇਕਿ ਹਰ ਕੋਈ ਆਸ਼ਾਸ਼ਕਾਂ ਰੋਠਿਆ ਇਸ ਮਹਿਫਲ ਦੇ ਵਿੱਚ ਕਬੱਡੀ ਪ੍ਰਮੋਟਰ ਨਾਜ਼ਰ ਸਿੰਘ ਸੋਹਤਾ ਖੇਡ ਲੇਖਕ ਅਮਰਜੀਤ ਸਿੰਘ ਦੌਦਰ ਉੱਗੇ ਟਰਾਂਸਪੋਰਟਰ ਸਤਨਾਮ ਸਿੰਘ ਪ੍ਰਦਾਨ ਟਰਾਂਸਪੋਰਟਰ ਸਰਜੀਤ ਸਿੰਘ ਬਸਰਾ ਸੁਖਦੇਵ ਗਰੇਵਾਲ ਕਾਰੋਵਾਰੀ ਨਿਰਮਲਜੀਤ ਸਿੰਘ ਸੇਖੋ ਗੁਰਪ੍ਰੀਤ ਸਿੰਘ ਤੂਰ ਜਗਰੂਪ ਸਿੰਘ ਢਾਲੀਵਾਲ ਆਦ ਸ਼ਾਮਲ ਸਨ ਵਰਦਿੰਿਆਂ ਵਿਚ ਦੇ ਇੱਕ ਘਰ ਚੋਂ ਇੱਕ ਮਸ਼ੀਨ ਗਨ ਸਮੇਤ ਪਾਰੀ ਮਾਤਰਾਵਾਂ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਮਿਲਣ ਉਪਰੰਤ ਇੱਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਬਰਜ਼ੀਨੀਆਂ ਵਿੱਚ ਪੁਲਿਸ ਵਿਭਾਗ ਦੇ ਅਨੁਸਾਰ ਗ੍ਰਿਫਤਾਰ ਵਿਅਕਤੀ ਦੀ ਪਛਾਣ ਜੋਹਨ ਡੇਨ ਵਜੂ ਹੋਈ ਹੈ ਪੁਲਿਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਵਿਭਾਗ ਦੇ ਵਿਦੇਸ਼ ਜਾਂਚ ਬਿਊਰੋ ਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਆਪਣੇ ਘਰ ਵਿੱਚ ਗੈਰ ਕਾਨੂੰਨੀ ਹਥਿਆਰ ਬਣਵਾ ਕੇ ਵੇਚ ਰਿਹਾ ਜਿਸ ਉਪਰੰਤ ਪੁਲਿਸ ਵੱਲੋਂ ਛਾਪੇ ਮਾਰੇ ਗਏ ਔਰ ਇਸ ਦੌਰਾਨ ਭਾਰੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਮਿਲੇ ਪੁਲਿਸ ਨੇ ਮੌਕੇ ਤੇ ਹੀ ਵਿਅਕਤੀ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਅਮਰੀਕਾ ਵਿਖੇ ਸਾਲ 2021 ਦੇ ਵਿੱਚ 5 ਸਾਲਾਂ ਮਿਆ ਪਟੇਲ ਦੀ ਹੱਤਿਆ ਮਾਮਲੇ 'ਚ ਇੱਕ ਨਵਾਂ ਮੋੜ ਆਇਆ। ਇਸ ਮਾਮਲੇ ਦੇ ਵਿੱਚ ਅਮਰੀਕਾ ਦੇ ਇੱਕ 35 ਸਾਲਾ ਵਿਅਕਤੀ ਨੂੰ ਕਤਲ ਦਾ ਦੋਸ਼ੀ ਪਾਇਆ ਗਿਆ। ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਮਿਆ ਮਾਰਚ 2021 ਦੇ ਵਿੱਚ ਮੌਖ ਹਾਊਸ ਡਰਾਈਵ ਸ਼੍ਰੇਪੋਰਟ ਵਿੱਚ ਆਪਣੇ ਹੋਟਲ ਦੇ ਕਮਰੇ 'ਚ ਖੇਡ ਰਿਹਾ ਸੀ। ਜਦੋਂ ਜੋਸਫਲੀ ਸਮਿਥ ਦੀ ਬੰਦੂਕ ਵਿੱਚੋਂ ਨਿਕਲੀ ਗੋਲੀ ਨਿਸ਼ਾਨੇ ਤੋਂ ਹੁੰਜ ਗਈ ਤੇ ਉਸ ਨੂੰ ਲੱਗ ਗਈ। ਸਰਵੇ ਰਿਪੋਰਟ ਟਾਈਮਜ਼ ਦੀ ਰਿਪੋਰਟ ਦੇ ਮਤਾਬਕ ਅਦਾਲਤ ਨੂੰ ਪਿਛਲੇ ਹਫ਼ਤੇ ਦੱਸਿਆ ਗਿਆ ਸੀਗਾ ਕਿ ਸੁਪਰ 8 ਮੈਟਲ ਦੀ ਪਾਰਕਿੰਗ ਦੇ ਵਿੱਚ ਸਮਿਥ ਦਾ ਕਿਸੇ ਹੋਰ ਵਿਅਕਤੀ ਨਾਲ ਝਗੜਾ ਹੋਇਆ ਸੀ ਜਿਸ ਦੀ ਮਾਲਕੀ ਅਤੇ ਸੰਚਾਲਕ ਕੋਲ ਸੀ ਸਮੇ ਬਿਮਲ ਅਤੇ ਸੁਨੀਲ ਪਟੇਲ ਕੋਲ ਸੀ ਜੋ ਕਿ ਮਿਆ ਅਤੇ ਛੋਟੇ ਭੈਣ ਭਰਾ ਦੇ ਨਾਲ ਰਹਿੰਦੇ ਸਨ 9mm ਹੈਂਡਗਨ ਵਿੱਚ ਗੋਲੀ ਉਦੋਂ ਨਿਕਲੀ ਜਦੋਂ ਸਮਿਥ ਨੇ ਦੂਜੇ ਆਦਮੀ ਨੂੰ ਮਾਰਨ ਦੇ ਲਈ ਇਸ ਦੀ ਵਰਤੋਂ ਕੀਤੀ ਨਿਸ਼ਾਨਾ ਕੁੰਜ ਗਿਆ ਤੇ ਅਪਾਰਟਮੈਂਟ ਵੱਲ ਚਲਾ ਗਿਆ ਤੇ ਮਿਆ ਦੇ ਸਿਰ ਵਿੱਚ ਵੱਜਾ ਗੋਲ ਲੱਗਣ ਦੇ ਕਾਰਨ ਤੁਰੰਤ ਮਗਰੋਂ ਮਿਆ ਨੂੰ ਨੀੜ ਲੈ ਹਸਪੀਟਲ ਲਿਜਾਇਆ ਗਿਆ ਜਿੱਥੇ 23 ਮਾਰਚ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮਿਆ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਜਦੋਂ ਸਮਿਥ 27 ਫਰਵਰੀ ਨੂੰ ਅਦਾਲਤ ਵਿੱਚ ਵਾਪਸ ਜਾਏਗਾ ਤਾਂ ਉਸ ਨੂੰ ਕਤਲਿਆਮ ਦੇ ਦੋਸ਼ ਦੇ ਵਿੱਚ 40 ਸਾਲ ਤੱਕ ਦੀ ਸਖਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਨੂੰ 10 ਸਾਲ ਤੱਕ ਦੀ ਕੈਦ ਜਾਂ 5000 ਡਾਲਰ ਤੱਕ ਦਾ ਜੁਰਮ ਨਾਤੇ ਜਾਂ ਫਿਰ 40 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਭਾਰਤੀ ਮੂਲ ਦੇ ਪੀ ਐਚ ਡੀ ਦੇ ਵਿਦਿਆਰਥੀ ਨੂੰ ਬਦਲਵੀ ਜਲ ਸਪਲਾਈਸ ਤੋਂਧਣ ਦੇ ਲਈ ਕੀਤੀ ਗਈ ਉੱਚ ਦਰਜੇ ਦੀ ਖੋਜ ਦੇ ਲਈ ਫੈਲੋਸ਼ਿਪ ਦਿੱਤੀ ਗਈ ਹੈ ਹਰਸ਼ ਪਟੇਲ ਨੂੰ ਅਮਰੀਕਨ ਮੈਂਬਰੇਨ ਟੈਕਨੀਕਲ ਐਸੋਸੀਏਸ਼ਨ ਤੇ ਯੂ ਐਸ ਬਿਊਰੋ ਆਫ ਰੈਕਲੇਮੇਸ਼ਨ ਵੱਲੋਂ ਇਹ ਵਜ਼ੀਫਾ ਦਿੱਤਾ ਗਿਆ ਪਟੇਲ ਮਿਸ਼ੀਗਨ ਯੂਨੀਵਰਸਿਟੀ ਦੇ ਵਿੱਚ ਕੈਮੀਕਲ ਇੰਜੀਨੀਅਰਿੰਗ ਦਾ ਪੀ ਐਚ ਡੀ ਵਿਦਿਆਰਥੀ ਹੈ ਯੂਨੀਵਰਸਿਟੀ ਵਿੱਚ ਖੋਜ ਸਹਾਇਕ ਵਜੋਂ ਵੀ ਹੈ ਚਾਰ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਦਿੱਤੀ ਗਈ ਪਟੇਲ ਦੀ ਖੋਜ ਪਾਣੀ ਨੂੰ ਸੋਧਣ ਦੇ ਨਾਲ ਸੰਬੰਧਿਤ ਹੈ ਇਸ ਵਿੱਚ ਸਮੁੰਦਰੀ ਪਾਣੀ ਨੂੰ ਪੀਣ ਯੋਗ ਬਣਾਉਣਾ ਵੀ ਸ਼ਾਮਲ ਹੈ ਏਸ਼ੀਅਨ ਮੂਲ ਦੇ ਵਿਅਕਤੀ ਦੀ ਨਫ਼ਰਤ ਅਤੇ ਅਪਰਾਧ ਤਹਿਤ ਹੋਈ ਹੱਤਿਆ ਦੇ ਮਾਮਲੇ 'ਚ ਜਰੌੜ ਪਾਵੈਲ ਨਾਮੀ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 22 ਸਾਲ ਦੀ ਕੈਦ ਦੀ ਸਜ਼ਾ ਹੋਈ ਇਹ ਪ੍ਰਗਟਾਵਾ ਮਾਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਕੀਤਾ ਪੁਲਿਸ ਦੇ ਅਨੁਸਾਰ ਇਹ ਘਟਨਾ April 2001 ਵਿੱਚ ਨਿਊਯਾਰਕ ਸ਼ਹਿਰ ਚ ਵਾਪਰੀ ਸੀ ਚੀਨੀ ਮੂਲ ਦਾ ਅਮਰੀਕਨ ਜ਼ਿਆਓ ਪੈਨਮਾ ਕੈਨ ਇਕੱਠੇ ਕਰ ਰਿਹਾ ਸੀ ਜਦੋਂ ਉਸ ਉੱਪਰ ਪਿਛਲੇ ਪਾਸੇ ਤੋਂ ਹਮਲਾ ਕੀਤਾ ਗਿਆ ਜਦੋਂ ਉਹ ਜ਼ਮੀਨ ਉੱਪਰ ਡਿੱਗ ਗਿਆ ਤਾਂ ਉਸਦੇ ਸਿਰ ਉੱਪਰ ਕਈ ਵਾਰ ਕੀਤੇ ਗਏ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਰਿਹਾ ਤੇ ਆਖਰਕਾਰ 8 ਮਹੀਨੇ ਬਾਅਦ 31 ਦਸੰਬਰ 2021 ਨੂੰ ਉਸਦੀ ਮੌਤ ਹੋ ਗਈ ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਨੇ ਕਿਹਾ ਕਿ ਬਿਨਾਂ ਕਿਸੇ ਕਾਰਨ ਜ਼ਾਓ ਪੈਨਮਾ ਦੀ ਹੱਤਿਆ ਹੋਈ ਸੀ ਜ਼ਰੋਡ ਪਾਵਲ ਨੇ ਨਸਲ ਕਾਰਨ ਉਸ ਉੱਪਰ ਹਮਲਾ ਕੀਤਾ ਸੀ ਜਿਸ ਲਈ ਉਸ ਨੂੰ ਸਜ਼ਾ ਭੁਗਤਣੀ ਪਵੇਗੀ ਅਮਰੀਕਾ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਵਿਅਕਤੀ ਨੇ 17 ਸਾਲ ਜੇਲ੍ਹ ਵਿੱਚ ਬਿਤਾਏ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ 8 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਕਿਉਂਕਿ ਜਾਂਚ ਵਿੱਚ ਪਤਾ ਲੱਗਾ ਕਿ ਜਿਸ ਅਪਰਾਧ ਲਈ ਉਸ ਨੂੰ ਜੇਲ੍ਹ ਭੇਜਿਆ ਗਿਆ ਉਸਨੇ ਉਹ ਅਪਰਾਧ ਕੀਤਾ ਹੀ ਨਹੀਂ ਹੈ ਅਪਰਾਧ ਦਾ ਦੋਸ਼ੀ ਉਸਦੀ ਦਿਖ ਵਰਕਾ ਸੀ ਦਿਖ ਕਾਰਨ ਦੋਸ਼ੀ ਦੀ ਪਛਾਣ ਕਰਨ ਵਿੱਚ ਗਲਤੀ ਹੋ ਗਈ ਜਿਸ ਕਾਰਨ ਬੇਕਸੂਰ ਨੂੰ ਸਜ਼ਾ ਭੁਗਤਣੀ ਪਈ ਵਿਅਕਤੀ ਨੇ ਕਿਹਾ ਕਿ ਉਹ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਕਰ پا ਰਿਹਾ ਡੇਲੀ ਸਟਾਰ ਦੀ ਰਿਪੋਰਟ ਦੇ ਮੁਤਾਬਕ 45 ਸਾਲਾ ਰਿਚਰਡ ਬੌਂਸ ਨੇ ਸਾਲ 2000 ਦੇ ਵਿੱਚ ਲੁੱਟ ਦੇ ਇੱਕ ਮਾਮਲੇ 'ਚ ਉਸਨੂੰ ਜੇਲ੍ਹ ਹੋਈ ਪਰ ਸਾਲਾਂ ਬੱਧੀ ਪਤਾ ਨਹੀਂ ਲੱਗਾ ਕਿ ਲੁੱਟ ਰੀਚਰਡ ਨੇ ਨਹੀਂ ਸਗੋਂ ਉਸਦੇ ਦੇਖ ਵਾਲੀ ਵਿਅਕਤੀ ਨੇ ਕੀਤੀ ਸੀ ਇਸ ਕਾਰਨ ਰੀਚਰਡ ਨੂੰ ਆਪਣੀ ਜ਼ਿੰਦਗੀ ਦਾ ਲਗਭਗ ਤੀਜਾ ਹਿੱਸਾ ਜੇਲ੍ਹ 'ਚ گزارਣਾ ਪਿਆ ਹਾਲਾਂਕਿ ਜਦੋਂ ਪੀੜਤਾ ਅਤੇ ਗਵਾਹਾਂ ਨੂੰ ਰੀਚਰਡ ਦੇ ਦੇਖ ਵਾਲੀ ਰਿੱਕੀ ਅਮੋਸਦੀ ਤਸਵੀਰ ਦਿਖਾਈ ਗਈ ਤਾਂ ਮਾਮਲੇ ਦਾ ਖੁਲਾਸਾ ਹੋਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਇੱਕ ਬੇਕਸੂਰ ਨੂੰ ਸਾਲਾਂਵਾਰ ਦੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਬੰਦ ਰਹਿਣਾ ਪਿਆ ਦੱਸਿਆ ਗਿਆ ਕਿ ਰੀਕੀ ਐਮੋਸ ਵੱਲੋਂ 1999 ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਚਿਹਰਾ ਰੀਚਰਡ ਵਰਗਾ ਸੀ ਇਸ ਕਾਰਨ ਪੁਲਿਸ ਨੇ ਅਸਲ ਦੋਸ਼ੀ ਨੂੰ ਪਛਾਣਨ ਕਰਨ ਦੇ ਵਿੱਚ ਗਲਤੀ ਕੀਤੀ ਹਾਲਾਂਕਿ ਰੀਚਰਡ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਆਪਣੀ ਪ੍ਰੇਮਿਕਾ ਦੇ ਨਾਲ ਦੂਜੀ ਜਗ੍ਹਾ ਤੇ ਸੀ ਪਰ ਮੌਕੇ ਤੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਚਸ਼ਮਦੀਦਾ ਨੇ ਵੀ ਰੀਚਰਡ ਨੂੰ ਪਛਾਣਨ ਦੇ ਵਿੱਚ ਗਲਤੀ ਕੀਤੀ ਤੇ ਉਸ ਨੂੰ ਲੁਟੇਰਾ ਸਮਝ ਲਿਆ 160 ਰੁਪਏ ਖਰਚ ਕੇ ਇੱਕ ਵਿਅਕਤੀ ਕਰੋੜਪਤੀ ਬਣ ਗਿਆ ਤੇ ਉਸਨੇ 8 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਕਰੋੜਪਤੀ ਬਣਨ ਦੇ ਵਿੱਚ ਉਸਦੀ ਪਤਨੀ ਦੀ ਅਹਿਮ ਭੂਮਿਕਾ ਰਹੀ ਆਦਮੀ ਦਾ ਕਹਿਣਾ ਹੈ ਕਿ ਉਸਦੀ ਪਤਨੀ ਦੇ ਕਾਰਨ ਉਸਦੀ ਜ਼ਿੰਦਗੀ ਬਦਲ ਗਈ ਹੈ ਉਹ ਹੁਣ ਰਿਟਾਇਰਮੈਂਟ ਦੀ ਯੋਜਨਾ ਬਣਾ ਰਿਹਾ ਤਾਂ ਜੋ ਅੱਗੇ ਆਰਾਮਦਾਇਕ ਜੀਵਨ ਬਤੀਤ ਕਰ ਸਕੇ ਜੋੜਾ ਅਮਰੀਕਾ ਦੇ ਕੈਰੋਲਿਨਾ ਦਾ ਰਹਿਣ ਵਾਲਾ ਹੈ ਦਾ ਮਿਰਰ ਮੁਤਾਬਕ 65 ਸਾਲਾ ਟੈਰੀ ਪੀਜ਼ ਨੇ ਪਾਵਰਵਾਲ ਲੋਟਰੀ ਦੀ ਟਿਕਟ 160 ਰੁਪਏ ਵਿੱਚ ਖਰੀਦੀ ਪਰ ਘਾਰਾ ਕਿ ਉਹ ਭੁੱਲ ਗਿਆ ਟਿਕਟ ਕਿਤੇ ਗਵਾਚ ਗਈ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਟਿਕਟ ਲੱਭਣ ਦੇ ਵਿੱਚ ਅਸਮਰਥ ਰਿਹਾ ਅਖੀਰ ਉਸਨੇ ਆਪਣੀ ਪਤਨੀ ਨੂੰ ਟਿਕਟ ਲੱਭਣ ਦੀ ਅਪੀਲ ਕੀਤੀ ਇਸ ਦੌਰਾਨ ਜਦੋਂ ਪਤਨੀ ਨੇ ਆਪਣਾ ਪਰਸ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਈ ਟਿਕਟ ਉਸਦੇ ਪਰਸ ਵਿੱਚ ਰੱਖੀ ਹੋਈ ਸੀ ਜਿਸ ਬਾਰੇ ਉਸ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਟੈਰੀ ਟਿਕਟ ਨੂੰ ਪਰਸ ਵਿੱਚ ਰੱਖ ਕੇ ਭੁੱਲ ਗਿਆ ਹਾਲਾਂਕਿ ਇਸ ਸਮੇਂ ਤੱਕ ਦੋਵੇਂ ਪਤੀ ਪਤਨੀ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਦੀ ਲੋਟਰੀ ਨਿਕਲਣ ਵਾਲੀ ਹੈ ਅਜਿਹੇ 'ਚ ਜਦੋਂ ਜੋੜੇ ਨੇ ਟਿਕਟ ਮਿਲਣ ਤੋਂ ਬਾਅਦ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ ਉਹਨਾਂ ਦੀ ਲੋਟਰੀ ਪਹਿਲਾਂ ਹੀ ਜਿੱਤੀ ਗਈ ਸੀ ਉਹ ਵੀ 8 ਕਰੋੜ ਰੁਪਏ ਦੇ ਇਨਾਮ ਜਿੱਤਣ ਤੋਂ ਬਾਅਦ ਟੈਰੀ ਨੇ ਕਹਿ ਕਿ ਇਹ ਜ਼ਿੰਦਗੀ ਬਦਲਣ ਵਾਲੀ ਹੈ ਉਹ ਖੁਸ਼ਕਿਸਮਤ ਨੇ ਚੁੱਕ ਰਹੀ ਪਤਨੀ ਨੂੰ ਟਿਕਟ ਮਿਲ ਗਈ ਹੈ ਆਖਰਕਾਰ ਕਿੰਨੇ ਲੋਕ ਨੇ ਜੋ 1 ਮਿਲੀਅਨ ਡਾਲਰ ਜਿੱਤਦੇ ਨੇ ਮੈਨੂੰ ਆਪਣੀ ਕਿਸਮਤ ਦੇ ਵਿੱਚ ਵਿਸ਼ਵਾਸ ਤੇ ਸ਼ਬਦ ਬਿਆਨ ਨਹੀਂ ਕਰ ਸਕਦੇ ਕਿ ਅਸੀਂ ਕਿੰਨੇ ਖੁਸ਼ ਆ ਬ੍ਰੈਮਟਨ ਦੇ ਵਿੱਚ ਛੁਰਿਵਾਜੀ ਦੀ ਇੱਕ ਘਟਨਾ ਵਾਪਰੀ ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਪੀਲ ਅਰੀਜਨਲ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕੀ ਕੈਨੇਡੀ ਰੋਡ ਐਂਡ ਸਟੀਲਜ਼ ਐਵੇਨਿਊ ਵਿਖੇ ਰਾਤ 11:30 ਵਜੇ ਇੱਕ ਘਟਨਾ ਵਾਪਰੀ ਇਸ ਦੌਰਾਨ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਸਥਾਨਕ ਟਰੋਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਮੇਲਾ ਲਾਪਤਾ ਹੋ ਗਈ ਹੈ ਡੈਲਟਾ ਪੁਲਿਸ ਨੇ 54 ਸਾਲ ਦੀ ਨੇਵ ਬੈਂਸ ਦੀ ਭਾਲ ਦੇ ਲਈ ਲੋਕਾਂ ਦੀ ਮਦਦ ਮੰਗੀ ਹੈ ਜਿਸ ਨੂੰ ਆਖਰੀ ਵਾਰ ਸਰੀ ਦੇ ਬ੍ਰਿਜ 뷰 ਏਰੀਆ ਦੇ ਵਿੱਚ ਦੇਖਿਆ ਗਿਆ ਸੀ ਪਰਤ ਦੇ ਰਾਜ ਕੇਰਲਾ ਤੋਂ ਕੈਨੇਡਾ ਚ ਜਾ ਬਸੇ ਕੇ ਪੇ ਲਈ ਜੋੜੇ ਦੇ ਪੁੱਤਰ ਰਣਜ ਪੇਲਈ ਇਥੋਂ ਦੇ ਉੱਤਰ ਪੱਛਮੀ ਲਾ ਕੇ ਯੂਕਰਨ ਦੇ ਮੁੱਖ ਮੰਤਰੀ ਬਣ ਗਏ ਨੇ ਉਹਨਾਂ ਦਾ ਜਨਮ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ਦੇ ਪਿੰਡੂ ਇਲਾਕੇ ਚ ਹੋਇਆ ਸੀ ਪਰ ਯੂਕਰਨ ਦੀ ਰਾਜਧਾਨੀ ਵਾਈਟ ਹਾਰਸ ਵਿਕੇਸਮਾਜ ਦੇ ਬਕਤੇ ਮੇ ਉਪਾਸਲ ਸਰਕਾਰ ਚ ਸ਼ਾਮਲ ਰਹਿਣ ਤੋਂ ਬਾਅਦ ਉਹ 2016 ਚ ਪੌਟਰ ਕਰੀਕ ਦੱਖਣੀ ਤੋਂ 337 ਵੋਟਾਂ ਦੇ ਨਾਲ ਵਿਧਾਇਕ ਚੁਣੇ ਗਏ ਅਤੇ ਉਹ ਹੁਣ ਤੱਕ ਯੂਕਰਨ ਦੇ ਉਪ ਮੁੱਖ ਮੰਤਰੀ ਸਨ 2021 ਚ 300 ਵੋਟਾਂ ਪ੍ਰਾਪਤ ਕਰਕੇ ਦੂਜੇ ਵਿਦਾਇਕ ਬਣੇ ਬੀਤੇ ਸਾਲ ਸਤੰਬਰ ਮਹੀਨੇ ਚ ਮੁੱਖ ਮੰਤਰੀ ਸੈਂਡੀ ਸਿਲਵਰ ਵੱਲੋਂ 2025 ਚ ਹੋਣ ਵਾਲੀ ਚੋਣਾਂ ਨਾਲ ਲੜਨ ਅਤੇ ਯੂਕੋਨ ਦੀ ਸਿਆਸਤ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਰੰਜ ਨੂੰ ਉੱਥੋਂ ਦੀ ਲਿਬਰਲ ਪਾਰਟੀ ਦਾ ਨਿਰਵਿਰੋਧ ਆਗੂ ਚੁਣਿਆ ਗਿਆ ਅਤੇ ਬੀਤੇ ਕੱਲ ਉਹਨਾਂ ਨੇ ਯੂਕੋਨ ਦੇ 10ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਰਾਜस्तानी ਵਾਈ ਸੰਭਾਲਿਆ ਦੈਟਸ ਇਟ ਨੈਕਸਟ ਬਹੁਤ ਸਪੈਲਿੰਗ ਮਿਸਟੇਕਸ ਆ ਮੈਨੂੰ ਨਹੀਂ ਸਮਝ ਲੱਗਦਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋ ਚੁੱਕੀ ਹੈ ਦੁਬਾਰਾ ਜਲੰਧਰ ਵਿੱਚ ਕਾਲਾ ਬੱਕਰਾ ਨੇੜੇ ਅਵਤਾਰ ਰੈਜੈਂਸੀ ਤੋਂ ਰਾਹੁਲ ਗਾਂਧੀ ਪੈਦਲ ਚੱਲੇ ਔਰ ਸੋਮਵਾਰ ਨੂੰ ਇਹ ਯਾਤਰਾ ਦੋ ਪੜਾਵਾਂ ਚੋਈ ਜਿਸ ਵਿੱਚ ਰਾਹੁਲ ਗਾਂਧੀ ਆਪਣੇ ਸਮਰਥਕਾਂ ਦੇ ਨਾਲ ਕਰੀਬ 23 ਕਿਲੋਮੀਟਰ ਪੈਦਲ ਤੁਰੇ ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਅੱਡਾ ਚੌਂਕ ਵਿਕੇਟੀ ਬ੍ਰੇਕ ਤੋਂ ਬਾਅਦ ਖਰਲ ਕਲਾਂ ਆਦਮਪੁਰ ਵਿਖੇ ਪਹਿਲੇ ਸਟਾਪ ਤੇ ਰੁਕੀ ਇਹ ਯਾਤਰਾ ਦੁਪਹਿਰ 3 ਵਜੇ ਇੱਥੇ ਸ਼ੁਰੂ ਹੋਈ ਅਤੇ ਡੁਦਿਆਲ ਨੇੜੇ ਟੀ ਬ੍ਰੇਕ ਲੈ ਕੇ ਟਾਂਡਾ ਚਾਵਲਾ ਸਕਾਈ ਬਾਟੀ ਪੁਆਇੰਟ 35 'ਤੇ ਮਾਪਤ ਹੋਈ ਖਾਸ ਗੱਲ ਇਹ ਹੈ ਕਿ ਪੰਜਾਬ ਵਿੱਚ ਹੁਣ ਯਾਤਰਾ ਦਾ ਸਮਾਂ ਵੀ ਬਦਲ ਦਿੱਤਾ ਗਿਆ ਸੀ ਸਵੇਰੇ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਨੇ 6 ਵਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਜਿਸ ਤੋਂ ਬਾਅਦ ਹੁਣ ਯਾਤਰਾ 7 ਵਜੇ ਸ਼ੁਰੂ ਹੋਈ ਸੀ ਇਸ ਦੇ ਨਾਲ ਹੀ 2 ਦਿਨ ਪਹਿਲਾਂ ਜਲੰਧਰ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੂੰ ਵੀ ਠੰਡ ਕਾਰਨ ਦਿਲ ਦਾ ਦੌਰਾ ਪਿਆ ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ ਯਾਤਰਾ ਐਤਵਾਰ ਨੂੰ ਖਾਲਸਾ ਕਾਲਜ ਗਰਾਊਂਡ ਤੋਂ ਸ਼ੁਰੂ ਹੋਈ ਸੀ ਹਾਲਾਂਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਬੀਤੇਸ਼ ਅਨਿਵਾਰ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਜਾਣ ਕਰਕੇ ਇਸ ਨੂੰ 24 ਘੰਟਿਆਂ ਦੇ ਲਈ ਮੁਲਤਵੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਦੁਪਹਿਰ 3 ਵਜੇ ਦੁਬਾਰਾ ਸ਼ੁਰੂ ਹੋਈ ਇਸ ਯਾਤਰਾ ਦੇ ਵਿੱਚ ਸਿੱਧੂ ਮੁਸੇਵਾਲ ਦੇ ਪਿਤਾ ਅਤੇ ਸਮਰਥਕ ਵੀ ਨਜ਼ਰ ਆਏ ਰਾਹੁਲ ਨੇ ਮੁਸੇਵਾਲ ਦੇ ਪ੍ਰਤਾਪਲ ਕੌਰ ਸਿੰਘ ਨੂੰ ਗਲੇ ਲਗਾਇਆ ਅਤੇ ਯਾਤਰਾ ਵਿੱਚ ਉਹਨਾਂ ਦਾ ਹੱਥ ਫੜਿਆ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਬਣਾਏ ਸ਼ਡਿਊਲ ਦੇ ਮੁਤਾਬਕ ਰਾਹੁਲ ਗਾਂਧੀ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਹਾਲਾਂਕਿ ਸੰਸਦ ਮੈਂਬਰ ਦੀ ਮੌਤ ਤੋਂ ਬਾਅਦ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਗਈ ਹੁਣ ਹੁਸ਼ਿਆਰਪੁਰ ਵਿੱਚ ਵੀ ਅਜਿਹਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਚੋਰੀ ਦੇ ਇੱਕ ਸ਼ੱਕੀ گروਹ ਦਾ ਪਰਦਾਫਾਸ਼ ਕਰਕੇ ਗਰਾਉਂਡ ਹੈਂਡਲਿੰਗ ਏਜੰਸੀਆਂ ਦੇ ਨਾਲ ਕੰਮ ਕਰਨ ਵਾਲੇ 8 ਲੋਡਰਾਂ ਜਾਨੀ ਕਿ ਸਮਾਨ ਚੜਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਦੀਪਕ ਪਾਲ, ਗੌਤਮ ਕੁਪਾਰ, ਮੋਹੀਨ ਖਾਨ, ਰਾਹੁਲ ਯਾਦ, ਜਸ਼ਵਿੰਦਰ ਪੱਪੀ ਕੁਮਾਰ, ਨੀਰਜ ਕੁਮਾਰ ਅਤੇ ਕਮਲ ਕੁਮਾਰ ਦੇ ਰੂਪ ਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੇ ਕੋਲੋਂ 10 ਲੱਖ ਰੁਪਏ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ 6 ਬ੍ਰਾਂਡਡ ਘੜੀਆਂ ਇੱਕ Apple iPhone ਔਰ ਕਿੰਨੀ ਹੀ ਨਗਦੀ ਲੱਖਾਂ ਦੀ ਨਗਦੀ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਲ ਨੂੰ ਪੁਲਿਸ ਅਤੇ ਵਿਜੀਲੈਂਸ ਵਿਭਾਗ ਦੀ ਸਾਂਝੀ ਟੀਮ ਨੇ ਬੁੱਧਵਾਰ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਚੈੱਕ ਇਨ ਤੇ ਰਜਿਸਟਰਡ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਚੋਰੀ ਦੇ 4 ਮਾਮਲਿਆਂ ਨੂੰ ਸੁਲਝਾ ਲਿਆ ਗਿਆ ਹੈ ਦੁਨੀਆ ਦੇ 1% ਅਮੀਰਾਂ ਦੀ ਦੌਲਤ ਪਿਛਲੇ 2 ਸਾਲਾਂ ਵਿੱਚ ਦੁਨੀਆ ਦੇ ਬਾਕੀ 99% ਲੋਕਾਂ ਦੇ ਮੁਕਾਬਲੇ ਲਗਭਗ ਦੁੱਗਣੀ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਤੁਹਾਨੂੰ ਦੱਸਦੇ ਕਿ ਆਕਸਫਾਰਡ ਨੇ ਵਰਲਡ ਇਕਨੋਮਿਕ ਫੋਰਮ ਦੀ ਸਾਲਾਨਾ ਬੈਠਕ ਦੌਰਾਨ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਅਮੀਰਾਂ ਦੀ ਸੰਪਤੀ 'ਚ ਹਰ ਰੋਜ਼ 22000 ਕਰੋੜ ਰੁਪਏ ਦਾ ਵਾਧਾ ਹੋਇਆ ਦੂਜੇ ਪਾਸੇ ਦੁਨੀਆ ਦੇ 170 ਕਰੋੜ ਕਾਮੇ ਅਜੇ ਇਹ ਦੇਸ਼ 'ਚ ਰਹਿੰਦੇ ਨੇ ਜਿੱਥੇ ਮਹਿੰਗਾਈ ਉਜਰਤ ਨਾਲੋਂ ਵੱਧ ਹੈ ਆਕਸਫਾਮ ਨੇ ਆਪਣੇ ਰਿਪੋਰਟ ਵਿੱਚ ਦੱਸਿਆ ਕਿ ਦੁਨੀਆ ਦੇ ਅਮੀਰਾਂ ਤੋਂ 5% ਦੇ ਟੈਕਸ ਲਗਾਉਣ ਦੇ ਨਾਲ ਇੱਕ ਸਾਲ 'ਚ ਕਰੀਬ 1.7 ਲੱਖ 7000 ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਨੇ ਜਿਸ ਦੇ ਨਾਲ ਕਰੀਬ 2 ਅਰਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਸਰਵਾਈਵਲ ਆਫ ਦਾ ਰੀਚੇਸਟ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ 2020 ਤੋਂ ਦੁਨੀਆ 'ਚ ਲਗਭਗ 42 ਟ੍ਰਿਲੀਅਨ ਡਾਲਰ ਦੀ ਦੌਲਤ ਕਮਾਈ ਗਈ ਹੈ ਜਿਸ ਵਿੱਚ ਲਗਭਗ 2/3 ਦੌਲਤ ਕੇਵਲ 1% ਦੀ ਅਮੀਰਾਂ ਦੇ ਹਿੱਸੇ ਆਈ ਹੈ। ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਪੁਲਿਸ ਨੇ 31 ਲੱਖ 5000 ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਅਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕੀਤਾ। ਵਿਸ਼ਵ ਸਿਹਤ ਸੰਗਠਨ ਦੀ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਨੇ ਚੀਨ ਤੋਂ ਆਏ ਤਾਜ਼ਾ ਕੋਵਿਡ ਅੰਕੜਿਆਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਚੀਨ ਨੂੰ ਕੋਵਿਡ ਜਿੱਥੋਂ ਸ਼ੁਰੂ ਹੋਇਆ ਉਸ ਤੇ ਸਹਿਯੋਗ ਕਰਨ ਦੀ ਬੇਨਤੀ ਕੀਤੀ। ਟੈਡਰੋਸ ਅਦਨੋਮ ਨੇ ਸ਼ਨੀਵਾਰ ਨੂੰ ਚਾਈਨਾ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਨਿਰਦੇਸ਼ਕ ਮੰਤਰੀ ਨੈਨਾਲ ਗਲਬਾਤ ਕਰਦੇ ਹੋਏ ਗੱਲਾਂ ਕਹੀਆਂ। ਡਾਕਟਰ ਟੈਡਰੋਸ ਅਤੇ ਮੰਤਰੀ ਮਾ ਸ਼ਿਓ ਮੈ ਵੇਈ ਦੀ ਗੱਲ ਅਜੇ ਹ ਸਮੇਂ ਚ ਆਈ ਹੈ ਜਦੋਂ ਚਾਈਨਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿੱਚ ਪਿਛਲੇ 1 ਮਹੀਨੇ ਚ ਕਰੀਬ 60 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਚਾਈਨਾ ਦੀ ਸਰਕਾਰ ਨੇ ਪਿਛਲੇ ਮਹੀਨੇ ਦਸੰਬਰ ਦੀ ਸ਼ੁਰੂਆਤ ਵਿੱਚ ਕਰੋਨਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਸੀ ਉਸ ਤੋਂ ਬਾਅਦ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਪਹਿਲੀ ਵੱਡੀ ਗਿਣਤੀ ਹੈ ਚਾਈਨਾ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੈਡੀਕਲ ਪ੍ਰਸ਼ਾਸਨ ਬਿਊਰੋ ਦੇ ਮੁਖੀ ਜ਼ਿਆਓ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਚਾਈਨਾ ਦੇ ਵਿੱਚ 8 ਦਸੰਬਰ 2022 ਤੋਂ ਇਸ ਸਾਲ 12 ਜਨਵਰੀ ਤੱਕ ਕੋਵਿਡ ਦੇ ਨਾਲ ਸੰਬੰਧਿਤ 58938 ਮੌਤਾਂ ਦਰਜ ਕੀਤੀਆਂ ਗਈਆਂ ਇਹ ਅੰਕੜਾ ਕੇਵਲ ਮੈਡੀਕਲ ਸਹੂਲਤਾਂ ਵਿੱਚ ਦਰਜ ਹੋਈਆਂ ਮੌਤਾਂ ਨੂੰ ਦਰਸਾਉਂਦਾ ਹੈ ਜਦੋਂ ਕਿ ਕਰੋਨਾ ਦੇ ਨਾਲ ਮੌਤਾਂ ਦੇ ਅਣਗਿਣਤ ਮਾਮਲੇ ਹੋਣਗੇ ਜੋ ਅਜੇ ਤੱਕ ਪ੍ਰਗਟ ਨਹੀਂ ਹੋਏ ਅਧਿਕਾਰੀਆਂ ਨੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਦੀ ਖੇਤਰੀ ਕਨੈਕਟੀਵਿਟੀ ਸਕੀਮ ਉਡਾਣ ਦੇ ਤਹਿਤ ਟਾਇਰ 2 ਅਤੇ ਟਾਇਰ 3 ਸ਼ਹਿਰਾਂ ਦੇ ਵਿੱਚ ਸੰਚਾਲਿਤ 60 ਤੋਂ ਵੱਧ ਹਵਾਈ ਅੱਡਿਆਂ ਤੇ ਲਗਭਗ 1650 ਸੀਆਈਐਸਐਫ ਦੇ ਜਵਾਨ ਜਲਦੀ ਹੀ ਤਾਇਨਾਤ ਕੀਤੇ ਜਾਣਗੇ ਅਜਿਹਾ ਕਰਨ ਦਾ ਫੈਸਲਾ ਭਾਰਤ ਦੇ ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਸ਼ਹਿਰੀ ਹਵਾਵਾਜ਼ੀ ਮੰਤਰਾਲਾ ਅਤੇ ਸੀਆਈਐਸਐਫ ਦੇ ਨਾਲ ਮਿਲ ਕੇ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੇ ਇਹ ਪ੍ਰਸਤਾਵ ਤਿਆਰ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਛੋਟੇ ਹਵਾਈ ਅੱਡਿਆਂ ਤੋਂ ਯਾਤਰਾ ਕਰਨ ਵਾਲੀ ਯਾਤਰੀਆਂ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਮਤਾ ਗ੍ਰਹਿ ਮੰਤਰੀ ਅਲੀ ਨੂੰ ਭੇਜਿਆ ਗਿਆ ਹੁਣ ਕੇਵਲ ਮਨਜ਼ੂਰੀ ਦੀ ਉਡੀਕ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੋਡ ਮਾਨੂ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਸੀ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸ਼ੁਕਰੀਆ ਸਤਿ ਸ੍ਰੀ ਅਕਾਲ